ਕਿਸੇ ਵੀ ਧਰਮ ਦਾ ਇਤਿਹਾਸ ਉਸ ਧਰਮ ਦੀ ਬੁਨਿਆਦ ਹੁੰਦੀ ਹੈ ਤੇ ਜੇ ਧਰਮ ਦੀ ਬੁਨਿਆਦ ਵਿੱਚ ਸ਼ਹੀਦਾਂ ਦੇ ਖੂਨ ਨਾਲ ਰੰਗੀਆਂ ਇੱਟਾਂ ਦੀ ਨੀਂਹ ਰੱਖ ਦਿੱਤੀ ਜਾਵੇ ਤਾਂ ਉਸ ਧਰਮ ਦੀ ਇਮਾਰਤ ਬਾਰੇ ਦੱਸਣ ਦੀ ਲੋੜ ਨਹੀਂ ਪੈਂਦੀ ਬਲਕਿ ਉਹਨਾਂ ਸ਼ਹੀਦਾਂ ਕਰਕੇ ਹੀ ਧਰਮ ਆਪਣੀ ਵੱਖਰੀ ਹੋਂਦ ਤੇ ਪਹਿਚਾਣ ਬਣਾ ਲੈਂਦੀ ਹੈ ਇੱਕ ਇਹੋ ਜਿਹਾ ਹੀ ਇਤਿਹਾਸ ਜਦੋਂ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਖੂਨ ਦੀ ਹੋਲੀ ਖੇਡੀ ਗਈ ਜ਼ਾਲਮਾਂ ਦੀ ਤਲਵਾਰਾਂ ਅਤੇ ਬੰਦੂਕਾਂ ਅੱਗੇ ਗੁਰੂ ਘਰ ਦੀ ਮਰਿਆਦਾ ਨੂੰ ਵੇਖਦਿਆਂ ਹੋਇਆਂ ਆਪਣੇ ਸੀਨੇ ਢਾਲ ਬਣਾ ਕੇ ਆਪਣੇ ਆਪ ਨੂੰ ਸਦਾ ਵਾਸਤੇ ਗੁਰੂ ਨਾਨਕ ਦੀ ਨਗਰੀ ਵਿੱਚ ਅਮਰ ਕਰ ਦਿੱਤਾ ਅੱਜ ਵੀ ਜਦ ਸਿੱਖ ਅਰਦਾਸ ਕਰਦਾ ਹੈ ਤਾਂ ਇਹਨਾਂ ਸ਼ਹੀਦਾਂ ਦੀ ਹੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਆਖਦਾ ਹੈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਘ ਨਿਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਕੂੜ ਤੇ ਸੱਚ ਦੀ ਲੜਾਈ ਹਮੇਸ਼ਾ ਤੋਂ ਹੀ ਰਹੀ ਹੈ 15ਵੀਂ ਸਦੀ ਵਿੱਚ ਜਦ ਬਾਬਰ ਨੇ ਪੰਜਾਬ ਉੱਪਰ ਹਮਲਾ ਕਰਕੇ ਬੇਕਸੂਰ ਨਿਹੱਤੇ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ ਤਾਂ ਸਿੱਖ ਧਰਮ ਦੇ ਪਹਿਲੇ ਗੁਰੂ ਗੁਰੂ ਨਾਨਕ ਨੇ ਹੀ ਹੱਕ ਤੇ ਸੱਚ ਦੀ ਆਵਾਜ਼ ਬਣ ਕੇ ਜ਼ਾਲਮ ਨੂੰ ਲਲਕਾਰਿਆ ਗੁਰੂ ਨਾਨਕ ਦੇ 5ਵੇਂ ਜਾਮੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸੇ ਹੀ ਹੱਕ ਦੇ ਸੱਚ ਵਾਸਤੇ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕਰ ਦਿੱਤਾ ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਵੀ ਸ਼ਹਾਦਤ ਕਬੂਲ ਕਰ ਲਿੱਤੀ ਪਰ ਹੱਕ ਤੇ ਸੱਚ ਦੀ ਗੱਲ ਉੱਪਰ ਸਮਝੌਤਾ ਨਾ ਕੀਤਾ ਸੰਨ 1699 ਵਿੱਚ ਖਾਲਸਾ ਪੰਥ ਦੇ ਵਜੂਦ ਆਉਣ ਮਗਰੋਂ ਸ਼ਹਾਦਤ ਦਾ ਇੱਕ ਅਜਿਹਾ ਸਿਲਸਿਲਾ ਸ਼ੁਰੂ ਹੋਇਆ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਭਾਈ ਬੰਦਾ ਸਿੰਘ ਬਹਾਦਰ ਨੇ ਸਿੱਖ ਫੌਜ ਦੀ ਕਮਾਨ ਸੰਭਾਲ ਲਿੱਤੀ ਅਤੇ ਜ਼ਾਲਮ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ 1716 ਵਿੱਚ ਸਮੇਂ ਦੀ ਹਕੂਮਤ ਨੇ ਆਪਣੇ ਸਾਰੇ ਵਸੀਲੇ ਇਸਤੇਮਾਲ ਕਰਦਿਆਂ ਹੋਇਆਂ ਬੰਦਾ ਸਿੰਘ ਬਹਾਦਰ ਅਤੇ ਇਹਨਾਂ ਨਾਲ 700 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਇਸ ਤੋਂ ਬਾਅਦ ਸਿੱਖਾਂ ਦੇ ਸਿਰਾਂ ਦਾ ਮੁੱਲ ਰੱਖ ਦਿੱਤਾ ਗਿਆ ਜਿਸ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸ਼ਹੀਦ ਕਰ ਦਿੱਤੇ ਗਏ ਬਚੇ ਕੁਚੇ ਸਿੰਘਾਂ ਨੇ ਜੰਗਲ ਦਾ ਰਸਤਾ ਇਖਤਿਆਰ ਕੀਤਾ ਜਿਸ ਕਰਕੇ ਇਤਿਹਾਸਕ ਅਸਥਾਨ ਖਾਲੀ ਹੋ ਗਏ ਅਤੇ ਗੁਰੂ ਘਰਾਂ ਵਿੱਚ ਉਦਾਸੀ ਮਹੰਤ ਜਾ ਕੇ ਬੈਠ ਗਏ ਦੂਜੇ ਪਾਸੇ ਜਿਹੜੇ ਸਿੰਘ ਜੰਗਲਾਂ ਵਿੱਚ ਸਨ ਇਹਨਾਂ ਨੂੰ ਦੀਵਾਨ ਦਰਬਾਰਾ ਸਿੰਘ ਨਵਾਬ ਕਪੂਰ ਸਿੰਘ ਵਿਰਕ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਮਿਸਲਾਂ ਬਣਾ ਕੇ ਇੱਕ ਵੱਖਰੀ ਰੂਹ ਫੂਕ ਦਿੱਤੀ ਜਿਸ ਕਰਕੇ 18ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਨਾਫਿਸ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਜੋ ਕਿ ਗੁਰੂ ਘਰਾਂ ਦੇ ਹਾਲਾਤ ਤੋਂ ਖੂਬ ਵਾਕਫ ਸਨ ਤਾਂ ਹੀ ਉਹਨਾਂ ਨੇ ਗੁਰੂ ਘਰਾਂ ਦੇ ਨਾਂ 'ਤੇ ਜ਼ਮੀਨਾਂ ਲਾ ਦਿੱਤੀਆਂ ਮਹਾਰਾਜਾ ਰਣਜੀਤ ਸਿੰਘ ਨੇ ਨਾ ਸਿਰਫ ਇਹਨਾਂ ਗੁਰਦੁਆਰਿਆਂ ਦੀ ਉਸਾਰੀ ਕੀਤੀ ਬਲਕਿ ਲੰਗਰ ਅਤੇ ਨਿਵਾਸ ਵਾਸਤੇ ਇੱਕ ਸਿਸਟਮ ਲਾਗੂ ਕਰ ਦਿੱਤਾ ਜੋ ਕਿ ਉਹਨਾਂ ਜ਼ਮੀਨਾਂ ਤੋਂ ਹੀ ਚੱਲਦਾ ਸੀ ਵਕਤ ਬਦਲਣ ਦੇ ਨਾਲ ਨਾਲ ਰਾਜ ਵੀ ਬਦਲ ਗਿਆ ਜਦ ਅੰਗਰੇਜ਼ ਨੇ ਪੰਜਾਬ ਉੱਪਰ ਆਪਣੀ ਗ੍ਰਿਫਤ ਬਣਾਉਣੀ ਸ਼ੁਰੂ ਕੀਤੀ ਤਾਂ ਅੰਗਰੇਜ਼ਾਂ ਨੂੰ ਇੱਕ ਹੀ ਡਰ ਸੀ ਕਿ ਸਿੱਖ ਗੁਰਦੁਆਰਿਆਂ ਵਿੱਚ ਉਹਨਾਂ ਦੇ ਖਿਲਾਫ ਮੋਰਚੇ ਨਾ ਖੋਲ੍ਹ ਦੇਣ ਤਾਂ ਹੀ ਅੰਗਰੇਜ਼ਾਂ ਨੇ ਗੁਰਦੁਆਰਿਆਂ ਨੂੰ ਆਪਣੀ ਗ੍ਰਿਫਤ 'ਚ ਲਿਆਉਣ ਲਈ ਮਹੰਤਾਂ ਨੂੰ ਖਰੀਦ ਲਿੱਤਾ ਗੁਰੂ ਘਰਾਂ ਦੀਆਂ ਜ਼ਮੀਨਾਂ ਤੋਂ ਆਉਣ ਵਾਲਾ ਪੈਸਾ ਵੇਖ ਕੇ ਮਹੰਤ ਡੋਲ ਗਏ ਗੁਰੂ ਘਰਾਂ ਦੀਆਂ ਜ਼ਮੀਨਾਂ ਤੋਂ ਆਉਣ ਵਾਲਾ ਪੈਸਾ ਹੁਣ ਮਹੰਤਾਂ ਦੇ ਘਰਾਂ ਵਿੱਚ ਜਾਣ ਲੱਗਾ ਜਿਸ ਕਰਕੇ ਮਹੰਤ ਗੁਰੂ ਘਰਾਂ ਵਿੱਚ ਆਪਣੀ ਮਨਮਰਜ਼ੀ ਕਰਨ ਲੱਗੇ ਮਹੰਤਾਂ ਦੀਆਂ ਕਾਲੀਆਂ ਕਰਤੂਤਾਂ ਅਤੇ ਯਾਤਰੀਆਂ ਨਾਲ ਤਫਰਕੇ ਤੋਂ ਆਲ ਦੁਆਲ ਦੇ ਪਿੰਡਾਂ ਦੇ ਸਭ ਸਿੰਘ ਵਾਕਫ ਸਨ ਮਹੰਤਾਂ ਦੇ ਚੇਲੇ ਗੁਰੂ ਘਰਾਂ ਦੀ ਮਰਿਆਦਾ ਦਾ ਪਾਲਣ ਨਹੀਂ ਕਰਦੇ ਬਲਕਿ ਸਿੰਘਾਂ ਦੇ ਗੁਰੂ ਘਰ ਆਉਣ ਦੇ ਇਹਨਾਂ ਦੀਆਂ ਕਿਰਪਾਨਾਂ ਲਾ ਦਿੰਦੇ ਅਤੇ ਮਹੰਤ ਗੁਰੂ ਘਰਾਂ ਦੇ ਮਾਲਕ ਬਣ ਕੇ ਬਹਿ ਗਏ ਸਨ
ਇਹਨਾਂ ਹਾਲਾਤਾਂ ਵਿੱਚ ਸਿੱਖਾਂ ਨੂੰ ਧਾਰਮਿਕ ਜਥੇਬੰਦੀ ਅਤੇ ਇੱਕ ਬਹਾਦਰ ਸਿੱਪਾ ਸਾਲਾਰ ਦੀ ਲੋੜ ਸੀ ਜੋ ਕਰਤਾਰ ਸਿੰਘ ਜੱਬਰ ਨੇ ਪੂਰੀ ਕੀਤੀ। ਸਿਆਲਕੋਟ ਵਿੱਚ ਗੁਰਦੁਆਰਾ ਸਾਹਿਬ ਬਾਬੇ ਦੀ ਬੇਰੀ ਜੋ ਕਿ ਮਹੰਤ ਗਿਆਨ ਦਾਸ ਦੇ ਪੁੱਤਰ ਮਹੰਤ ਹਰਨਾਮ ਦਾਸ ਕੋਲ ਸੀ। ਅਕਾਲੀ ਸਿੰਘਾਂ ਨੇ 5 ਅਕਤੂਬਰ 1920 ਨੂੰ ਸੰਘਰਸ਼ ਸ਼ੁਰੂ ਕੀਤਾ ਅਤੇ ਮਹੰਤ ਦੇ ਬੰਦਿਆਂ ਨਾਲ ਹਾਥਾਪਾਈ ਹੋਣ ਤੋਂ ਬਾਅਦ 9 ਅਕਤੂਬਰ 1920 ਨੂੰ ਗੁਰਦੁਆਰਾ ਸਾਹਿਬ ਬਾਬੇ ਦੀ ਬੇਰੀ ਮਹੰਤਾਂ ਕੋਲੋਂ ਆਜ਼ਾਦ ਕਰਵਾ ਲਿਆ। ਇਸ ਤੋਂ ਬਾਅਦ ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਵਿਖੇ ਅਕਾਲੀ ਸਿੰਘਾਂ ਨੇ 12 ਅਕਤੂਬਰ 1920 ਮੋਰਚਾ ਲਾਇਆ, ਜਿਸ ਕਰਕੇ ਪੁਜਾਰੀ ਮਹੰਤ ਡਰ ਕੇ ਭੱਜ ਗਏ ਅਤੇ ਇਸ ਤਰ੍ਹਾਂ ਗੁਰਦੁਆਰਾ ਹਰਿਮੰਦਰ ਸਾਹਿਬ ਵੀ ਆਜ਼ਾਦ ਕਰਾ ਲਿਆ ਗਿਆ। 15 ਨਵੰਬਰ 1920 ਨੂੰ ਸਮੂਹ ਸਿੱਖ ਜਗਤ ਨੂੰ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਸੱਦਿਆ ਗਿਆ। ਸਰਕਾਰੀ ਰੁਕਾਵਟ ਹੋਣ ਦੇ ਬਾਵਜੂਦ 15 ਅਤੇ 16 ਨਵੰਬਰ ਨੂੰ 175 ਮੈਂਬਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਿੱਖਾਂ ਦੀ ਤਾਕਤ ਇੱਕਮੁੱਠ ਹੋ ਗਈ, ਪਰ ਦੂਜੇ ਪਾਸੇ ਮਹੰਤ ਅਤੇ ਅੰਗਰੇਜ਼ ਹਕੂਮਤ ਗੁਰਦੁਆਰਾ ਸਰਦਾਰ ਲਹਿਰ ਨੂੰ ਕੁਚਲਣ ਦਾ ਸੋਚ ਰਹੇ ਸਨ। 27 ਦਸੰਬਰ 1920 ਨੂੰ ਕਰਤਾਰ ਸਿੰਘ ਜੱਬਰ ਅਤੇ ਭਾਈ ਦਲੀਪ ਸਿੰਘ ਦੀ ਅਗਵਾਈ ਹੇਠ ਲਗਭਗ 50 ਸਿੰਘ ਗੁਰਦੁਆਰਾ ਸੁੱਚਾ ਸੌਦਾ ਪਹੁੰਚੇ। ਇੱਥੇ ਦੇ ਮਹੰਤ ਦਾ ਨਾਮ ਵੀ ਨਰਾਇਣ ਦਾਸ ਸੀ, ਜੋ ਕਿ ਤੰਬਾਕੂ ਦਾ ਵਰਤਣ ਵੀ ਕਰਦਾ ਸੀ। ਸਿੰਘਾਂ ਨੇ ਮਹੰਤਾਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢ ਮਾਰਿਆ। ਇਸ ਤਰ੍ਹਾਂ 29 ਜਨਵਰੀ 1921 ਨੂੰ ਜਥੇਦਾਰ ਕਰਤਾਰ ਸਿੰਘ ਜੱਬਰ ਦੀ ਅਗਵਾਈ ਵਿੱਚ ਇੱਕ ਜਥਾ ਤਰਨ ਤਾਰਨ ਵਿਖੇ ਪਹੁੰਚਿਆ। ਉੱਥੇ ਕਾਫੀ ਚੜ੍ਹਪ ਹੋਈ, ਜਿਸ ਕਰਕੇ 2 ਅਕਾਲੀ ਸਿੰਘ ਵੀ ਸ਼ਹੀਦ ਹੋ ਗਏ, ਪਰ ਗੁਰਦੁਆਰਾ ਸਾਹਿਬ ਆਜ਼ਾਦ ਕਰਾ ਲਿਆ ਗਿਆ ਅਤੇ 31 ਜਨਵਰੀ ਨੂੰ ਇਸੇ ਜਥੇ ਨੇ ਗੁਰੂ ਕਾ ਬਾਗ ਅੰਮ੍ਰਿਤਸਰ ਵੀ ਆਜ਼ਾਦ ਕਰਵਾ ਲਿਆ। ਦੂਜੇ ਪਾਸੇ ਮਹੰਤ ਨਰਾਇਣ ਦਾਸ ਨੂੰ ਇਸ ਚੀਜ਼ ਦਾ ਖੌਫ ਤਾਰੀ ਸੀ ਕਿ ਕਿੱਥੇ ਸਿੰਘ ਉਹਦੇ ਕੋਲੋਂ ਵੀ ਗੁਰਦੁਆਰਾ ਸਾਹਿਬ ਨਾ ਲੈ ਲੈਣ। ਇਸ ਕਰਕੇ ਹੀ ਉਸਨੇ ਅੰਗਰੇਜ਼ਾਂ ਨਾਲ ਮਿਲ ਕੇ ਹਥਿਆਰ ਖਰੀਦਣੇ ਸ਼ੁਰੂ ਕੀਤੇ ਅਤੇ ਕੁਛ ਬਦਮਾਸ਼ ਵੀ ਰੱਖ ਲਏ। ਮਹੰਤ ਦੀਆਂ ਕਰਤੂਤਾਂ ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਨੇ 5 ਅਤੇ 6 ਮਾਰਚ 1921 ਨੂੰ ਨਨਕਾਣਾ ਸਾਹਿਬ ਪਹੁੰਚਣ ਦਾ ਐਲਾਨ ਕਰ ਦਿੱਤਾ। ਇੱਧਰ ਵਰਿਆਮ ਸਿੰਘ ਕੋਲੋਂ ਕਰਤਾਰ ਸਿੰਘ, ਲਕਸ਼ਮਣ ਸਿੰਘ ਅਤੇ ਟਹਿਲ ਸਿੰਘ ਨੂੰ ਖਬਰ ਮਿਲੀ ਕਿ 20 ਅਤੇ 21 ਫਰਵਰੀ ਨੂੰ ਮਹੰਤ ਨਾਰਾਇਣ ਦਾਸ ਲਾਹੌਰ ਵਿਖੇ ਕੁਝ ਮਹੰਤਾਂ ਅਤੇ ਅੰਗਰੇਜ਼ਾਂ ਨਾਲ 5 ਅਤੇ 6 ਮਾਰਚ ਨੂੰ ਹੋਣ ਵਾਲੇ ਸਿੱਖ ਇਕੱਤਰ ਨੂੰ ਰੋਕਣ ਲਈ ਕੁਝ ਮਹੰਤਾਂ ਅਤੇ ਅੰਗਰੇਜ਼ਾਂ ਨਾਲ ਮੀਟਿੰਗ ਕਰਨ ਜਾ ਰਿਹਾ ਹੈ। ਤਾਂ ਕਰਕੇ ਹੀ ਰਾਤੋ ਰਾਤ 33 ਚੱਕ ਤਾਰੋ ਵਾਲੀ ਵਿਖੇ ਕਰਤਾਰ ਸਿੰਘ, ਟਹਿਲ ਸਿੰਘ, ਲਕਸ਼ਮਣ ਸਿੰਘ ਅਤੇ ਕੁਝ ਹੋਰ ਸਿੰਘਾਂ ਨੇ ਇੱਕ ਗੁਪਤ ਬੈਠਕ ਕੀਤੀ, ਜਿਸ ਵਿੱਚ ਕੁਝ ਫੈਸਲੇ ਗੁਪਤ ਰੱਖੇ ਗਏ। ਇਹਨਾਂ ਨੇ 20 ਫਰਵਰੀ ਨੂੰ ਮਹੰਤ ਨਾਰਾਇਣ ਦਾਸ ਦੇ ਨਨਕਾਣਾ ਸਾਹਿਬ ਨਾ ਹੋਣ ਕਰਕੇ 19 ਫਰਵਰੀ ਦੀ ਰਾਤ ਨੂੰ ਹੀ ਸਭ ਜਥੇ ਨਨਕਾਣਾ ਸਾਹਿਬ ਵੱਲ ਤੁਰਨਗੇ ਅਤੇ 20 ਫਰਵਰੀ ਦੀ ਸਵੇਰ ਚੰਦਰਕੋਟ ਪਹੁੰਚਣ ਦਾ ਫੈਸਲਾ ਕੀਤਾ ਗਿਆ। ਭਾਈ ਲਕਸ਼ਮਣ ਸਿੰਘ ਜੀ ਦਾ ਜਥਾ 33 ਚੱਕ ਧਾਰੋ ਵਾਲੀ ਤੋਂ ਨਿਕਲ ਕੇ ਨਾਲ ਦੇ ਪਿੰਡਾਂ 'ਚ ਹੁੰਦਿਆਂ ਹੋਇਆਂ ਚੰਦਰਕੋਟ ਵੱਲ ਪਹੁੰਚ ਗਿਆ। ਇਸੇ ਤਰ੍ਹਾਂ ਇੱਕ ਹੋਰ ਜਥਾ ਭਾਈ ਟਹਿਲ ਸਿੰਘ ਦੀ ਅਗਵਾਈ ਵਿੱਚ 38 ਚੱਕ ਨਿਜ਼ਾਮਪੁਰਾ ਦੇਵਾ ਸਿੰਘ ਵਾਲਾ ਤੋਂ ਨਿਕਲਿਆ ਔਰ ਤੀਸਰਾ ਜਥਾ ਜੋ ਕਿ ਕਰਤਾਰ ਸਿੰਘ ਜੱਬਰ ਦੀ ਅਗਵਾਈ ਹੇਠ ਸ਼ੇਖੋਪੁਰਾ ਤੋਂ ਨਿਕਲਿਆ। ਜਦ ਇਹਨਾਂ ਜਥਿਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਲੱਗਾ ਤਾਂ ਕਮੇਟੀ ਦੇ ਪ੍ਰਧਾਨ ਨੇ ਲਿਖਤੀ ਤੌਰ 'ਤੇ ਕਰਤਾਰ ਸਿੰਘ ਜੱਬਰ ਨੂੰ ਨਨਕਾਣਾ ਸਾਹਿਬ ਨਾ ਜਾਵਣ ਦੇ ਆਦੇਸ਼ ਜਾਰੀ ਕੀਤੇ ਅਤੇ 5 ਅਤੇ 6 ਮਾਰਚ ਨੂੰ ਆਵਣ ਦਾ ਸੱਦਾ ਦਿੱਤਾ। ਜਦ ਚਿੱਠੀ ਭਾਈ ਕਰਤਾਰ ਸਿੰਘ ਕੋਲ ਪਹੁੰਚੀ ਤਾਂ ਉਹਨਾਂ ਨੇ ਆਖਿਆ ਕਿ ਹੁਣ ਕਾਫੀ ਦੇਰ ਹੋ ਚੁੱਕੀ ਹੈ ਕਿਉਂਕਿ ਭਾਈ ਲਕਸ਼ਮਣ ਸਿੰਘ ਹੁਣ ਉੱਥੇ ਪਹੁੰਚਣ ਵਾਲੇ ਹੋਣਗੇ, ਜਿਸ ਕਰਕੇ ਕੁਝ ਸਿੰਘ ਨਨਕਾਣਾ ਸਾਹਿਬ ਵੱਲ ਭਾਈ ਲਕਸ਼ਮਣ ਸਿੰਘ ਨੂੰ ਰੋਕਣ ਵਾਸਤੇ ਨਿਕਲੇ। ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਗਾਮ ਲਕਸ਼ਮਣ ਸਿੰਘ ਤੱਕ ਪਹੁੰਚਿਆ ਤਾਂ ਟਹਿਲ ਸਿੰਘ ਨੇ ਆਖਿਆ ਕਿ ਹੁਣ ਅਸੀਂ ਅਰਦਾਸ ਕਰਕੇ ਨਿਕਲੇ ਹਾਂ, ਹੁਣ ਜਾਂ ਗੁਰਦੁਆਰਾ ਸਾਹਿਬ ਆਜ਼ਾਦ ਕਰਾਂਗੇ ਜਾਂ ਫਿਰ ਸ਼ਹੀਦ ਹੋ ਜਾਵਾਂਗੇ। 20 ਫਰਵਰੀ ਨੂੰ ਸਵੇਰੇ 6 ਵਜੇ ਭਾਈ ਲਕਸ਼ਮਣ ਸਿੰਘ ਜੀ ਦਾ ਜਥਾ ਸ਼ਬਦ ਪੜ੍ਹਦਿਆਂ ਹੋਇਆਂ ਗੁਰਦੁਆਰਾ ਸਾਹਿਬ ਵੇਖੇ ਦਾਖਲ ਹੋਇਆ। ਭਾਈ ਲਕਸ਼ਮਣ ਸਿੰਘ ਜੀ
ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਕੁਝ ਸਮੇਂ ਬਾਅਦ ਮਹੰਤ ਆਪਣੇ ਗੁੰਡਿਆਂ ਸਮੇਤ ਸ਼ਰਾਬੀ ਹਾਲਤ ਵਿੱਚ ਆਇਆ। ਉਸ ਨੇ ਸਿੰਘਾਂ ਦਾ ਕਾਣ ਕਰਨ ਲਈ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਹੋਈ ਸੀ। ਉਸ ਨੇ ਦਰਸ਼ਨੀ ਡਿਊਟੀ ਦਾ ਮੇਨ ਗੇਟ ਬੰਦ ਕਰਵਾ ਦਿੱਤਾ ਅਤੇ ਆਪਣੇ ਗੁੰਡਿਆਂ ਪਾਸੋਂ ਰੱਬੀ ਪਿਆਰ ਵਿੱਚ ਜੁੜੇ ਸ਼ਾਂਤਮਈ ਸਿੰਘਾਂ ਉੱਪਰ ਗੋਲੀਆਂ ਦੀ ਬੁਛਾੜ ਕਰਵਾ ਦਿੱਤੀ। ਸਿੰਘ ਸ਼ਾਂਤਮਈ ਰਹਿੰਦੇ ਹੋਏ ਸ਼ਹੀਦੀ ਪਾ ਰਹੇ ਸਨ। ਵੇਖਦਿਆਂ ਹੀ ਵੇਖਦਿਆਂ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਅਤੇ ਕਈ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤਲਵਾਰਾਂ ਅਤੇ ਗੰਡਾਸੀਆਂ ਨਾਲ ਸ਼ਹੀਦ ਕਰ ਦਿੱਤਾ। ਇਹ ਬਹੁਤ ਹੀ ਦੁਖਦਾਇਕ ਦ੍ਰਿਸ਼ ਸੀ। ਭਾਈ ਦਲੀਪ ਸਿੰਘ ਅਤੇ ਭਾਈ ਵਰਿਆਮ ਸਿੰਘ ਜੋ ਬਾਹਰ ਪੱਠੇ ਦੇ ਕੋਲ ਬੈਠੇ ਸਨ, ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਇਹ ਕਹਿ ਕੇ ਗੁਰਦੁਆਰੇ ਵੱਲ ਦੌੜੇ ਕਿ ਲੱਗਦਾ ਹੈ ਮਹੰਤ ਨੇ ਕਾਰਾ ਕਰ ਦਿੱਤਾ। ਜਦ ਉਹ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਮਹੰਤ ਆਪਣੇ ਗੁੰਡਿਆਂ ਪਾਸੋਂ ਸਿੰਘਾਂ ਦਾ ਕਾਣ ਕਰਵਾ ਰਿਹਾ ਸੀ। ਭਾਈ ਦਲੀਪ ਸਿੰਘ ਨੇ ਮਹੰਤ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮਹੰਤ ਦੇ ਗੁੰਡਿਆਂ ਨੇ ਉਸ ਨੂੰ ਅਕਾਲੀ ਅਕਾਲੀ ਕਹਿ ਕੇ ਬਲਦੀ ਪੱਠੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਭਾਈ ਲਕਸ਼ਮਣ ਸਿੰਘ ਨੂੰ ਗੁਰੂ ਘਰ ਵਿੱਚ ਮੌਜੂਦ ਇਸ ਜੰਡ ਨਾਲ ਹੀ ਪੁੱਠਾ ਲਟਕਾ ਕੇ ਸਾੜ ਦਿੱਤਾ ਗਿਆ। ਸਰਦਾਰ ਕਰਮ ਸਿੰਘ ਸਟੇਸ਼ਨ ਮਾਸਟਰ ਦੇ ਊਧਮ ਸਦਕਾ ਇਸ ਘਟਨਾ ਦੀ ਖਬਰ ਸ਼ਾਮ ਤੱਕ ਚਾਰੇ ਪਾਸੇ ਫੈਲ ਗਈ। ਉਹਨਾਂ ਨੇ ਇਸ ਸੋਗਮਈ ਘਟਨਾ ਦੀ ਖਬਰ ਪੰਜਾਬ ਦੇ ਗਵਰਨਰ, ਕਮਿਸ਼ਨਰ, DC ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚਾ ਦਿੱਤੀ। ਰਾਤ 9 ਵਜੇ ਦੇ ਕਰੀਬ ਲਾਹੌਰ ਤੋਂ ਸਪੈਸ਼ਲ ਟ੍ਰੇਨ ਰਾਹੀਂ ਮਿਸਟਰ ਕਿੰਗ, ਕਮਿਸ਼ਨਰ ਲਾਹੌਰ ਆਪਣੇ ਨਾਲੋਂ 100 ਦੇ ਕਰੀਬ ਅੰਗਰੇਜ਼ ਅਫਸਰਾਂ ਅਤੇ ਸਿਪਾਹੀਆਂ ਸਮੇਤ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ। ਸਰਕਾਰ ਨੇ ਮਹੰਤ ਅਤੇ ਉਸ ਦੇ 26 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰੋਂ ਕਾਫੀ ਅਸਲਾ ਹਥਿਆਰ ਬਰਾਮਦ ਕਰ ਲਏ ਅਤੇ ਗੁਰਦੁਆਰੇ ਉੱਪਰ ਅੰਗਰੇਜ਼ ਨੇ ਆਪਣਾ ਕਬਜ਼ਾ ਕਰ ਲਿਆ। ਅਗਲੇ ਦਿਨ 21 ਫਰਵਰੀ ਨੂੰ ਸਰਦਾਰ ਮਹਿਤਾਬ ਸਿੰਘ, ਹਰਬੰਸ ਸਿੰਘ ਅਟਾਰੀ ਆਦਿ ਆਗੂ ਅਤੇ ਹੋਰ ਸੰਗਤਾਂ ਵੀ ਨਨਕਾਣਾ ਸਾਹਿਬ ਪਹੁੰਚ ਗਈਆਂ। ਭਾਈ ਕਰਤਾਰ ਸਿੰਘ ਜੱਬਰ ਵੀ 2200 ਜਵਾਨਾਂ ਦਾ ਇੱਕ ਜਥਾ ਲੈ ਕੇ ਪਹੁੰਚ ਗਏ। ਇਸ ਘਟਨਾ ਦਾ ਅਤੇ ਗੁਰਦੁਆਰਾ ਉੱਪਰ ਸਰਕਾਰੀ ਕਬਜ਼ੇ ਵਿਰੁੱਧ ਸੰਗਤਾਂ ਅੰਦਰੋਂ ਹੋਰ ਜਾਗ ਪਈਆਂ ਸਨ। ਆਖਰ ਅੰਗਰੇਜ਼ ਅਧਿਕਾਰੀਆਂ ਨੂੰ ਹਾਰ ਮੰਨਣੀ ਪਈ ਅਤੇ ਗੁਰਦੁਆਰੇ ਦਾ ਪ੍ਰਬੰਧ ਪੰਥ ਦੇ ਹਵਾਲੇ ਕਰ ਦਿੱਤਾ। 22 ਫਰਵਰੀ ਨੂੰ ਪੰਜਾਬ ਗਵਰਨਰ ਆਪਣੇ ਐਗਜ਼ੈਕਟਿਵ ਦੇ ਮੈਂਬਰਾਂ ਨਾਲ ਨਨਕਾਣਾ ਸਾਹਿਬ ਵਿਖੇ ਪਹੁੰਚਿਆ। 23 ਫਰਵਰੀ ਨੂੰ ਗੁਰੂ ਮਰਿਆਦਾ ਅਨੁਸਾਰ ਸਾਰੇ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ, ਜਿਸ ਵਿੱਚ ਸਿੱਖਾਂ ਦੀ ਗਿਣਤੀ 60,000 ਤੋਂ ਵੀ ਵੱਧ ਦੱਸੀ ਜਾਂਦੀ ਹੈ। ਇਸ ਦਿਨ ਸਿੱਖਾਂ ਵੱਲੋਂ ਕੁਛ ਮਥੇ ਵੀ ਪਾਸ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸ਼ਹੀਦਾਂ ਦੇ ਘਰਾਂ ਨੂੰ ਪੈਨਸ਼ਨ ਵੀ ਲਾ ਦਿੱਤੀ ਗਈ। ਸ਼ਹੀਦਾਂ ਦੀ ਯਾਦ ਵਿੱਚ ਇੱਕ ਸ਼ਹੀਦ ਗੰਜ ਵੀ ਬਣਾਉਣ ਦਾ ਉਪਰਾਲਾ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਅਤੇ 6 ਮਾਰਚ ਨੂੰ ਨਨਕਾਣਾ ਸਾਹਿਬ ਵਿਖੇ ਇਸੇ ਹੀ ਸਾਖੇ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਰੱਖਿਆ ਗਿਆ, ਜਿਸ ਵਿੱਚ ਮਹਾਤਮਾ ਗਾਂਧੀ ਅਤੇ ਮੁਸਲਮਾਨ ਲੀਡਰ ਸ਼ੌਕਤ ਅਲੀ, ਮੁਹੰਮਦ ਅਲੀ ਵੀ ਸ਼ਾਮਲ ਹੋਏ। 12 ਅਕਤੂਬਰ 1921 ਨੂੰ ਮਹੰਤ ਨਰਾਇਣ ਦਾਸ ਅਤੇ ਉਸ ਦੇ 7 ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। 8 ਨੂੰ ਕਾਲੇ ਪਾਣੀ ਅਤੇ ਬਾਕੀਆਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਗਈ। ਮਹੰਤ ਦੇ ਸਾਥੀਆਂ ਵੱਲੋਂ ਕੀਤੀ ਫਾਇਰਿੰਗ ਵਿੱਚ ਗੁਰੂ ਘਰ ਉੱਪਰ ਲਗਭਗ 450 ਤੋਂ ਵੀ ਵੱਧ ਗੋਲੀਆਂ ਦੇ ਨਿਸ਼ਾਨ ਸਨ। ਬਹੁਤ ਸਾਰੇ ਨਿਸ਼ਾਨ ਗੁਰੂ ਘਰ ਦੀ ਉਸਾਰੀ ਵੇਲੇ ਖਤਮ ਕਰ ਦਿੱਤੇ ਗਏ, ਪਰ ਅੱਜ ਵੀ ਗੁਰਦੁਆਰਾ ਦੇ ਅੰਦਰੂਨੀ ਹਿੱਸੇ ਉੱਪਰ ਕੁਝ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਬਾਬਾ ਜੀ, ਕੀ ਨਾਂ ਤੁਹਾਡਾ? ਮੈਂ ਅਲੀ ਮੰਮੀ ਜੀ। ਮੁਹੰਮਦ ਅਲੀ, ਅਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਮੀਆਂ ਬਖਸ਼। ਮੀਆਂ ਬਖਸ਼। ਇਹ ਘਰ ਕਿਹਨਾਂ ਦਾ ਘਰ ਹੈ ਸੀ? ਲਕਸ਼ਮਣ ਸਿੰਘ ਦਾ ਘਰ। ਸ਼ਹੀਦ ਜਿਹੜੇ ਨਨਕਾਣਾ ਸਾਹਿਬ ਸਾਕੇ ਦੇ ਵਿੱਚ ਸ਼ਹੀਦ ਹੋਏ,
ਪਿੰਡ ਦਾ ਕੀ ਨਾਂ ਜਿੱਥੇ ਆਪਾਂ ਬੈਠੇ ਆ? ਇੱਥੇ ਜਗਤਾਰ ਬਾਈ। ਇਹ ਦੱਸੋ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ? ਮੇਰੀ ਕੋਈ 100 ਤੋਂ ਉੱਤੇ ਜਾਂ 2 ਸਾਲ ਹੈ। ਮਤਲਬ 100 ਤੇ 2 ਸਾਲ ਤੁਹਾਡੀ ਉਮਰ ਹੈ। ਉਹਨਾਂ ਦਾ ਕਿਹੜਾ ਮੁੰਡਾ ਤੁਹਾਡੇ ਨਾਲ ਪੜਦਾ ਸੀ? ਮਿਲਖੀ ਕਿਹਨਾਂ ਦਾ ਮੁੰਡਾ ਸੀਗਾ? ਮਿਲਖੀ ਦਾ ਭਤੀਜਾ ਸੀਗਾ ਲਕਸ਼ਮਣ ਸਿੰਘ ਦਾ। ਅੱਛਾ। ਇੱਧਰ ਹੀ ਮੋੜ ਆ ਕਰੀ ਵਾਲਾ ਵਾ, ਇੱਧਰ ਟਵਾਣਾ ਵਾ, ਆ ਇੱਧਰ ਸਛਾਲੀ ਭਖਾਰੀ ਵਾਲੇ ਵਿਚਕਾਰ ਸੀਗਾ। ਮਹੰਤ ਸੀ ਪਹਿਲੋਂ ਦਰਬਾਰ ਦੇ ਉੱਤੇ, ਮਾਲਕ ਉਹ ਸੀਗਾ। ਉਹਨੇ ਆਖਿਆ ਵੀ ਸਾਡੇ ਇਹ ਦਰਬਾਰ ਸਾਡਾ, ਤੂੰ ਕੰਜਰੀਆਂ ਨੂੰ ਚਾਹੁੰਦੇ ਹਾਂ ਹੈਂ, ਵੱਧ ਕੱਟੋ ਪਏ। ਇਹਨੇ ਆਖਿਆ ਤਾਂ ਆਪਾਂ ਟਿੱਲ ਲਾ ਲਈ, ਅਸੀਂ ਹੁਣ ਤੇਰੇ ਕੋਲ ਦਰਬਾਰ ਲੈਣਾ। ਉਹ ਫਿਰ ਹਕੂਮਤ ਦਾ ਸੀਗਾ ਅਸਲਾ, ਉਹਦੇ ਕੋਲ ਉਹਨੂੰ ਮਿਲ ਗਿਆ, ਅਤੇ ਹੁਣ ਬੰਦੇ ਲੈਣ ਦੇ ਮਰਵਾ ਦਿੱਤੇ ਬੰਦੇ। ਅੱਛਾ। ਅਤੇ ਜਿਹੜੇ ਉਹ ਬੰਦੇ ਅੰਦਰ ਬੈਠੇ ਸੀਗੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਉਹ ਬੰਦੇ ਕੌਣ ਸਨ? ਆਲੇ ਦੁਆਲੇ ਪਿੰਡਾਂ ਦੇ ਸਨ ਜਾਂ ਬਾਹਰੋਂ ਬੁਲਾਏ ਸੀ? ਕੌਣ ਸਨ? ਮਾਛੀ ਸਨ। ਅੱਛਾ। ਦੋ ਮਾਛੀ ਸਨ ਗੇ ਅਤੇ 4 ਪਠਾਨ ਸੀ। ਅੱਛਾ। ਅਤੇ ਬਾਕੀ ਭੱਟੀਆਂ ਪਿੰਡ ਸੀ ਲਾਗੇ, ਉੱਥੇ ਲੈ ਆਏ ਕੋਈ 30-40 ਬੰਦੇ। ਇਹਨੂੰ ਫਿਰ ਫੜ ਲਿਆ ਉਹਨਾਂ ਜੀਂਦੇ ਨੂੰ। ਅੱਛਾ। ਫੜ ਕੇ ਤਾਂ ਉੱਥੇ ਫਿਰ ਜਾਂਦੇ ਬੰਨ ਕੇ ਨਾ ਤੇਲ ਸੁੱਟ ਕੇ ਲੁਇਆ। ਅੱਛਾ। ਅਤੇ ਇਹਦੇ ਨਾਲ ਇੱਥੋਂ ਕਿੰਨੇ ਕੁ ਬੰਦੇ ਗਏ ਸੀਗੇ, ਕੋਈ ਥੋੜ੍ਹਾ ਬਹੁਤ ਤੁਹਾਨੂੰ ਜ਼ਿਹਨ 'ਚ ਹੈ? ਇੱਥੋਂ 20 ਬੰਦੇ ਇੱਥੋਂ ਸੀ, ਅਤੇ ਬੰਦਾ ਢੇਰ ਸੀਗਾ ਜਿਹੜਾ ਦੱਸਦਾ ਲੂਸਾ ਸੀ ਨਾ, 100 ਕੜਾ ਵਿੱਚੋਂ ਨਿਕਲਿਆ ਜਿੱਥੇ ਲੂਏ ਸਾਰਾ। ਅੱਛਾ। ਮਤਲਬ ਜਿੱਥੇ ਉਹਨਾਂ ਨੂੰ ਸਾੜਿਆ ਗਿਆ ਸੀ ਉੱਥੇ 100 ਕੜਾ ਨਿਕਲਿਆ, ਮਤਲਬ 100 ਬੰਦੇ ਹੈ ਸੀ ਬੰਦੇ ਉਹਨਾਂ ਆਪਣਾ ਅੱਖੀਂ ਵੇਖਿਆ ਜਦ ਇੱਥੇ ਜਾਂਦੀ ਹੈ ਟੱਬਰ ਉਹਦਾ, ਉਹ ਨਹੀਂ ਬੈਠੀ ਕਿਤੇ ਦੀ ਹਾਂ, ਜਿਵੇਂ ਜਾਂਦੇ ਲਟਕਾਣੇ ਪਿੱਛੋਂ ਬੰਦੇ ਸਿੱਖ ਉਹਦੀ ਪੈਰਾਂ 'ਚ ਲੈ ਕੇ ਮਿੱਟੀ 'ਚ ਮੂੰਹ ਨੂੰ ਮਲਦੇ ਸੀ।